ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਕੈਨੇਡਾ ਦੀ অন্ਟਾਰੀਓ ਪੁਲਿਸ ਨੇ ਇੱਕ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਇਸ ਰੈਕੇਟ ਦੇ ਵਿੱਚ ਕਰੀਬ 17 ਕਰੋੜ ਰੁਪਏ ਦਾ ਡਰੱਗ ਸੀਜ਼ ਕੀਤਾ ਗਿਆ ਜਿਸ ਵਿੱਚ 7 ਲੱਖ ਡਾਲਰ ਵੀ ਸੀਜ਼ ਕੀਤੇ ਗਏ ਨੇ অন্ਟਾਰੀਓ ਪੁਲਿਸ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਨੂੰ ਨਾਮ ਦਿੱਤਾ ਗਿਆ ਸੀਗਾ ਆਪਰੇਸ਼ਨ ਚੀਤਾ ਇਹ 2020 ਵਿੱਚ ਚੱਲਿਆ ਸੀਗਾ ਆਪਰੇਸ਼ਨ ਚੀਤਾ ਜਿਸ ਦੇ ਵਿੱਚ ਅੱਜ ਵੱਡੀਆਂ ਗ੍ਰਿਫਤਾਰੀਆਂ ਹੋਈਆਂ ਨੇ ਕਰੀਬ 33 ਲੋਕ ਗ੍ਰਿਫਤਾਰ ਕੀਤੇ ਗਏ ਨੇ ਡਰਗ ਰੈਕੇਟ ਨਾਲ ਜੁੜੇ ਹੋਏ ਚਿੰਤਾ ਦੀ ਗੱਲ ਇਹ ਹੈ ਕਿ 33ਆਂ ਦੇ ਵਿੱਚੋਂ 31 ਲੋਕ ਪੰਜਾਬੀ ਮੂਲ ਦੇ ਨੇ ਪੰਜਾਬ ਦੇ ਲੋਕ ਨੇ ਪੰਜਾਬੀ ਲੋਕ ਨੇ 31 ਲੋਕ ਪੰਜਾਬੀ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਬੀ ਸਿੰਗਰ ਪੰਜਾਬੀ 뮤직 ਇੰਡਸਟਰੀ ਦੇ ਪ੍ਰੋਡਿਊਸਰ ਵੀ ਨੇ ਇਹਨਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਪੰਜਾਬੀ ਸਿੰਗਰ अरुणा साहब ਦੇ ਨਾਮ ਤੋਂ ਇੱਕ ਸਿੰਗਰ ਨੇ ਗਾਣੇ ਗਾंदे ਨੇ ਗੀਤ ਗਾंदे ਨੇ ਵਨਸ਼ अरोड़ा ਨਾਮ ਹੈ ਉਹਨਾਂ ਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੇ ਨਾਲ ਹੀ ਸ਼ਵੀਪਿੰਦਰ ਪ੍ਰੋਡਿਊਸ ਪ੍ਰੋਡਿਊਸਰ ਨੇ ਗਾਣਿਆਂ ਦੇ ਗੀਤਾਂ ਦੇ ਪ੍ਰੋਡਿਊਸਰ ਨੇ ਕਈ ਵੱਡੇ ਗਾਇਕਾਂ ਦੇ ਗਾਣਿਆਂ ਨੂੰ ਪ੍ਰੋਡਿਊਸ ਕਰ ਚੁੱਕੇ ਨੇ ਸ਼ਵੀਪਿੰਦਰ ਤੇ ਉਹਨਾਂ ਦੀ ਪਤਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਸ਼ਵੀਪਿੰਦਰ 4-5 ਸਾਲ ਪਹਿਲਾਂ ਰੈਸਟੋਰੈਂਟਸ ਨੂੰ ਸਬਦੀਆਂ ਸਪਲਾਈ ਕਰਨ ਦੇ ਕੰਮ ਕਰਦੇ ਸੀ ਉਸ ਤੋਂ ਬਾਅਦ ਡਰਗ ਰੈਕਟ ਨਾਲ ਜੁੜੇ ਉਹਨਾਂ ਤੇ આરોਪ ਹੈ ਔਰ ਪੈਸਾ ਕਮਾਇਆ ਜਿਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਘਰ ਖਰੀਦਿਆ ਇੱਕ ਮੈਂਸ਼ਨ ਖਰੀਦਿਆ ਔਰ ਲੈਂਬਰਗਿਨੀ ਗੱਡੀ ਖਰੀਦੀ ਇਹ ਸਭ ਡਰਗ ਰੈਕਟ ਜਦੋਂ ਦਾ ਚੱਲ ਰਿਹਾ ਹੈ ਉਦੋਂ ਤੋਂ ਸ਼ਵੀਪਿੰਦਰ ਇੱਕ ਵੱਡਾ ਨਾਮ ਇਸ ਡਰਗ ਰੈਕਟ ਦੇ ਵਿੱਚ ਆ ਜਿਨ੍ਹਾਂ ਨੇ ਖੂਬ ਪੈਸਾ ਕਮਾਇਆ ਸ਼ਵੀਪਿੰਦਰ ਦੇ ਨਾਲ ਵੰਸ਼ ਰੋੜਾ ਨਾਮ ਦੇ ਇੱਕ ਪੰਜਾਬੀ ਸਿੰਗਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਕੁੱਲ 31 ਲੋਕ ਪੰਜਾਬੀ ਨੇ ਜਿਨ੍ਹਾਂ ਨੂੰ ਇਸ ਡਰਗ ਰੈਕਟ ਨਾਲ ਜੁੜਿਆ આરોપી ਬਣਾਇਆ ਗਿਆ ਔਰ 33 ਗ੍ਰਿਫਤਾਰੀਆਂ ਹੋਈਆਂ ਨੇ ਓਨਟਾਰੀਓ ਪੁਲਿਸ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਸੀਗਾ ਇਸ ਆਪਰੇਸ਼ਨ ਨੂੰ ਨਾਮ ਦਿੱਤਾ ਗਿਆ ਸੀਗਾ ਆਪਰੇਸ਼ਨ ਚੀਤਾ ਆਪਰੇਸ਼ਨ ਚੀਤੇ ਦੇ ਵਿੱਚ ਇੱਕ ਡਰਗ ਰੈਕਟ ਜਦੋਂ ਇਹ ਪਰਦਾਫਾਸ਼ ਕੀਤਾ ਗਿਆ ਤਾਂ ਫਿਰ ਇਸ ਜਦੋਂ ਗ੍ਰਿਫਤਾਰੀਆਂ ਹੋਈਆਂ 33 ਗ੍ਰਿਫਤਾਰੀਆਂ ਦੇ ਨਾਲ ਨਾਲ 23 ਲੱਖ ਕਰੀਬ ਡਾਲਰ ਜਿਹੜੇ ਜਿਨ੍ਹਾਂ ਦੀ ਕੀਮਤ ਰੁਪਈਆਂ ਦੇ ਵਿੱਚ 17 ਕਰੋੜ ਬੰਦੀ ਹੈ 17 ਕਰੋੜ ਰੁਪਏ ਦਾ ਡਰਗ ਸੀਜ਼ ਕੀਤਾ ਗਿਆ ਡਰਗ ਜ਼ਬਤ ਕੀਤਾ ਗਿਆ ਇਹ ਡਰਗ ਰੈਕਟ ਨਾਲ ਜੁੜੇ ਲੋਕ ਹੈਰੋਇਨ ਓਪੀਐਮ ਕੋਕੀਨ ਵਰਗੇ ਡਰਗ ਜਿਹੜੇ ਨੇ ਉਹ ਲੋਕਾਂ ਤੱਕ ਨੌਜਵਾਨਾਂ ਤੱਕ ਸਪਲਾਈ ਕਰਦੇ ਸੀਗੇ ਇਹਨਾਂ ਦੇ ਨਾਲ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ 7 ਲੱਖ ਡਾਲਰ ਵੀ ਜ਼ਬਤ ਕੀਤੇ ਗਏ ਨੇ ਕੈਸ਼ ਦੇ ਵਿੱਚ ਕਈ ਹਥਿਆਰ ਵੀ ਜ਼ਬਤ ਕੀਤੇ ਗਏ ਨੇ ਚਿੰਤਾ ਦੀ ਗੱਲ ਇਹ ਵੀ ਹੈ ਕਿ ਜਿੰਨੇ ਲੋਕ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੀ ਉਮਰ ਜ਼ਿਆਦਾਤਰ ਲੋਕਾਂ ਦੀ ਉਮਰ 30 ਸਾਲ ਤੋਂ ਘੱਟ ਹੈ ਸਾਰੇ ਹੀ ਨੌਜਵਾਨ ਨੇ ਔਰ ਇਸ ਧੰਦੇ ਦੇ ਨਾਲ ਜੁੜੇ ਹੋਏ ਸੀਗੇ ਆਪਾਂ ਇੱਕ ਵਾਰੀ ਤੁਹਾਨੂੰ ਕਿਹੜੇ ਕਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਨੇ ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਕਿ ਸ਼ਵੀਪਿੰਦਰ ਦਾ ਨਾਮ ਸਭ ਤੋਂ ਵੱਡਾ ਨਾਮ ਇਸ ਵੇਲੇ ਜਿਹੜੋ ਗ੍ਰਿਫਤਾਰੀਆਂ ਹੋਈਆਂ ਨੇ ਉਹਦੇ ਵਿੱਚ ਦੇਖਿਆ ਜਾ ਰਿਹਾ ਹੈ ਸ਼ਵੀਪਿੰਦਰ ਕੈਨੇਡਾ ਦੇ 온ਟਾਰੀਓ ਰੀਜਨ ਦੇ ਵਿੱਚ 4-5 ਸਾਲ ਪਹਿਲਾਂ ਸਬਜ਼ੀਆਂ ਸਪਲਾਈ ਕਰਦੇ ਸੀਗੇ ਰੈਸਟੋਰੈਂਟਸ ਨੂੰ ਔਰ ਡਰੱਗ ਰੈਕਟ ਦੇ ਵਿੱਚ ਆਏ ਤੱਕ ਕਾਫੀ ਪੈਸਾ ਕਮਾਇਆ ਮੈਂਸ਼ਨ ਬਣਾਇਆ ਲੈਂਬਰਗਿਨੀ ਖਰੀਦੀ ਉਹਨਾਂ ਦੇ ਨਾਲ ਵੰਸ਼ अरोड़ा ਜੋ अरोड़ा साहब ਦੇ ਨਾਮ ਤੋਂ ਗੀਤ ਗਾਉਂਦੇ ਨੇ YouTube ਤੇ ਉਹਨਾਂ ਦੇ ਗਾਣੇ ਪੈ ਰਹੇ ਨੇ ਔਰ ਪੰਜਾਬੀ 뮤직 ਇੰਡਸਟਰੀ ਨਾਲ ਜੁੜੇ ਕਈ ਲੋਕ ਇਸ ਡਰੱਗ ਰੈਕਟ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਸ਼ਵੀਪਿੰਦਰ ਇੱਕ ਵੱਡੇ ਪ੍ਰੋਡਿਊਸਰ ਵੀ ਮੰਨੇ ਜਾਂਦੇ ਨੇ ਪੰਜਾਬੀ ਗੀਤਾਂ ਦੇ ਔਰ ਕਈ ਵੱਡੇ ਸਿੰਗਰਾਂ ਦੇ ਨਾਮੀ ਸਿੰਗਰਾਂ ਦੇ ਗਾਣਿਆਂ ਨੂੰ ਵੀ ਪ੍ਰੋਡਿਊਸ ਕਰ ਚੁੱਕੇ ਨੇ ਔਰ ਖੁਦ ਵੀ ਗਾਣੇ ਗਾਏ ਨੇ ਇਹ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਜਿਹਦੇ ਵਿੱਚ अरोड़ा ਸਾਹਿਬ ਜਿਹਦੀ ਮੈਂ ਗੱਲ ਕਰ ਰਿਹਾ ਵੰਸ਼ अरोड़ा ਦੇ ਨਾਮ ਵੰਸ਼ अरोड़ा ਨੇ अरोड़ा ਸਾਹਿਬ ਦੇ ਨਾਮ ਤੋਂ ਗੀਤ ਗਾਉਂਦੇ ਨੇ ਉਹਨਾਂ ਦੇ ਨਾਲ ਕੈਪ ਦੇ ਵਿੱਚ ਪਿੰਦਰ ਵਿਖਾਈ ਦੇ ਰਹੇ ਨੇ ਇਹ ਲੋਕ ਚਾਰਜ ਕੀਤੇ ਗਏ ਨੇ ਡਰਗ ਰੈਕਡ ਦੇ આરોપી ਮੰਨੇ ਗਏ ਨੇ ਡਰਗਸ ਸਪਲਾਈ ਕਰਨ ਦੇ આરોપી ਨੇ ਹੈ ਕੈਨੇਡਾ ਦੇ ਵਿੱਚ ਔਰ ਜਿਵੇਂ ਇਹ ਤਸਵੀਰਾਂ ਇਸ ਵੇਲੇ ਕੈਨੇਡਾ ਦੇ ਲੋਕਲ ਇੰਸਟਾਗ੍ਰਾਮ ਜਿਹੜੇ accounts ਨੇ ਉਸ ਤਰ੍ਹਾਂ ਇੱਥੇ ਆ ਵਾਇਰਲ ਹੋ ਰਹੇ ਨੇ ਮੇਰੇ ਸੋਇਗੀ ਹਰਮਨ ਮੇਰੇ ਨਾਲ ਹੈ ਹਰਮਨ ਇੱਕ ਵਾਰੀ ਆਪਾਂ ਨਾਮ ਦੱਸ ਜੀਏ ਕਿਹੜੇ ਕਿਹੜੇ આરોપી ਗ੍ਰਿਫਤਾਰ ਕੀਤੇ ਗਏ ਨੇ ਪੂਰੇ ਬਿਲਕੁਲ ਪੂਰੀ ਡਿਟੇਲ ਹੈ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਣਾ ਚਾਹੂੰਗੀ ਜੋ ਸ਼ਵੀਪਿੰਦਰ ਹੈ ਏ ਉਹਨਾਂ ਦੀ ਵਾਈਫ ਹੈ ਪ੍ਰਭ ਸਿਮਰਨ ਕੌਰ ਇਹ ਵੀ ਇਹਦੇ ਨਾਲ ਹੀ ਬੁੱਕ ਕੀਤੇ ਗਏ ਨੇ ਅਰੈਸਟ ਹੋਏ ਨੇ ਪਿੰਦਰ ਤੇ ਪ੍ਰਭਜੀਤ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕੈਨੇਡਾ ਦੇ ਗਰੁੱਪਸ ਦੇ ਵਿੱਚ ਕਿ ਇਹ ਪਿੰਦਰ ਤੇ ਪ੍ਰਭਜੀਤ ਨੂੰ ਅਰੈਸਟ ਕੀਤਾ ਇੱਕ ਮਹਿਲਾ ਇਹਨਾਂ ਕੱਤੀ ਪੰਜਾਬੀਆਂ 'ਚ ਸ਼ਾਮਲ ਹੈ ਜੋ ਕਿ ਜੋ ਪਿੰਦਰ ਹੈ ਉਹਦੀ ਵਾਈਫ ਹੈ ਹੋਰ ਲੋਕ ਇਹਦੇ ਵਿੱਚ ਵੰਸ਼ अरोड़ा 24 ਸਾਲ ਇਹ ਵੀ ਸਿੰਗਰ ਹੈ ਕਿਉਂਕਿ ਇਸ ਲਈ ਨਾਮ ਜ਼ਿਆਦਾ ਹਾਈਲਾਈਟ ਹੋ ਰਿਹਾ ਹੈ ਦੇ ਨਾਲ ਜੋ ਬਾਕੀ ਡਿਟੇਲ ਆਈ ਹੈ ਸਾਰੇ ਅਰੈਸਟੀ ਪ੍ਰਭ ਸਿਮਰਨ ਕੌਰ ਰੁਪਿੰਦਰ ਸ਼ਰਮਾ ਪਰਸ਼ੋਤਮ ਮੱਲੀ ਰੁਪਿੰਦਰ ਟੱਲੋਂ ਸੰਵੀਰ ਸਿੰਘ ਹਰੀਪਾਲ ਨਾਗਰਾ ਪ੍ਰਤਪਾਲ ਸਿੰਘ ਹਰਕਿਰਨ ਸਿੰਘ ਲਖਪ੍ਰੀਤ ਬਰਾੜ ਸਰਬਜੀਤ ਸਿੰਘ ਬਲਵਿੰਦਰ ਢਾਲੀਵਾਲ ਰੁਪਿੰਦਰ ਢਾਲੀਵਾਲ ਰਣਜੀਤ ਸਿੰਘ ਸੁਖਮਨਪ੍ਰੀਤ ਸਿੰਘ ਕੁਸ਼ਲਪਿੰਦਰ ਪ੍ਰਭਜੀਤ ਮੁੰਡੀਆਂ ਵੰਸ਼ अरोड़ा ਸਿਮਰਨਜੀਤ ਨਰੰਗ ਗਗਨਜੀਤ ਗਿੱਲ ਹਰਜਿੰਦਰ ਚੱਜ ਸੁਖਜੀਤ ਢਾਲੀਵਾਲ ਹਰਜੋਤ ਤੇ ਇਹਦੇ ਨਾਲ ਸੁਖਜੀਤ ਤੁੱਗਾ ਹਸ਼ਮ ਸૈયਦ ਤੇ ਇਮਰਾਨ ਖਾਨ ਇਹ ਸਾਰੇ 33 ਲੋਕ ਅਰੈਸਟ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 31 ਪੰਜਾਬੀ ਨੇ ਬਿਹਤ ਨਾਮ ਖਰਾਬ ਕਰਨ ਵਾਲੀ ਸ਼ਰਮਨਾਕ ਗੱਲ ਹੈ ਕਿ ਇੰਨੇ ਪੰਜਾਬੀ ਡਰੱਗ ਰੈਕਟ ਦੇ ਵਿੱਚ ਫੜੇ ਗਏ ਨੇ 31 ਪੰਜਾਬੀ ਨੇ ਨਾਮੀ ਸਿੰਗਰ ਨੇ ਇਹ ਵੰਚ ਅਰੋੜਾ ਨੇ ਔਰ ਇਹ ਜੋ ਪਿੰਦਰ ਦੀ ਗੱਲ ਕਰ ਰਹੇ ਆ ਉਹ ਪਿੰਦਰ ਹੈ ਇਹਨਾਂ ਦੇ ਨਾਮ ਤੋਂ ਇੱਕ ਪੀ ਡਬਲਯੂ ਰੈਕਟ ਚੱਲਦਾ ਹੈ ਇਸ ਰੈਕਟ ਦੇ ਉੱਪਰ ਇਹਨਾਂ ਦੇ ਗਾਣੇ ਲਾਂਚ ਹੁੰਦੇ ਨੇ ਕੁਝ ਗਾਣੇ ਦਿਖਾਣਾ ਚਾਹੂੰਗੀ ਮੈਂ ਇੱਥੇ ਅਰੋੜਾ ਸਾਹਿਬ ਦੇ ਨਾਮ ਤੋਂ ਇਹ ਸਿੰਗਰ ਫੇਮਸ ਨੇ ਅਰੋੜਾ ਸਾਹਿਬ ਸ਼ੈਵੀਪਿੰਦਰ ਇਹ ਸ਼ਾਇਦ ਪ੍ਰੋਡਿਊਸਰ ਨੇ ਸ਼ੈਵੀਪਿੰਦਰ ਤੇ ਅਰੋੜਾ ਸਾਹਿਬ ਗਾਇਕ ਨੇ ਜਿਨ੍ਹਾਂ ਦੇ ਗੀਤ ਪੀਡਬਲਯੂਏ ਰੈਕੋਰਡਸ ਦੇ ਉੱਪਰ ਰਿਲੀਜ਼ ਹੁੰਦੇ ਨੇ ਇਹਨਾਂ ਸਾਰਿਆਂ ਨੂੰ ਅਰੈਸਟ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਜੋ ਯੋਕ ਰਿਜਨਲ ਪੁਲਿਸ ਹੈ ਉਹਨਾਂ ਦੇ ਵੱਲੋਂ ਇਹਨਾਂ ਸਾਰਿਆਂ ਨੂੰ ਅਰੈਸਟ ਕੀਤਾ ਗਿਆ ਹੁਣ ਜਿਹੜੀ ਯੋਕ ਪੁਲਿਸ ਹੈ ਉਹਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਇਹ ਡਿਟੇਲ ਵੀ ਦੱਸੀ ਹੈ ਹੋਰ ਕੀ ਕੀ ਨਾਲ ਫੜਿਆ ਗਿਆ ਉਹ ਵੀ ਦੱਸਿਆ ਹੈ ਇਹ ਤਸਵੀਰਾਂ ਜੋ ਯੋਕ ਰਿਜਨਲ ਪੁਲਿਸ ਹੈ ਉਹਦੇ ਆਫੀਸ਼ੀਅਲ ਪੇਜ ਦੇ ਉੱਪਰ ਨੇ ਕਿ 30 ਤੋਂ ਜ਼ਿਆਦਾ ਲੋਕ ਇਥੇ ਨੇ ਲਿਖਿਆ ਕਿ ਰੈਸਟ ਹੋਏ ਨੇ ਕੁਝ ਦੀ ਤਸਵੀਰ ਬਲਰ ਕਰਕੇ ਚਲਾਈ ਹੋਈ ਹੈ ਹਥਿਆਰ 48 ਤਾਂ ਜਿਹੜੀਆਂ ਗੰਸ ਨੇ ਉਹੀ ਇਥੋਂ ਸੀਜ਼ ਕੀਤੀਆਂ ਗਈਆਂ ਨੇ ਦੇ ਨਾਲ ਜੋ ਪੂਰਾ ਅਸੀਂ ਕਹਿ ਰਹੇ ਹਾਂ ਕਿ ਇਹਨੇ ਮਿਲੀਅਨ ਦਾ ਡਰੱਗ ਰੈਕੇਟ ਹੈ ਜਿਹਦਾ ਪਰਦਾ ਫਾਸ਼ ਹੋਇਆ ਇਹਨੇ ਦੀ ਡਰੱਗ ਫੜੀ ਗਈ ਹੈ ਤੇ ਇਹਦੇ ਨਾਲ ਨਾਲ ਜੋ ਡਰੱਗ ਮਨੀ ਹੈ ਉਹ ਵੀ ਇਥੋਂ ਫੜੀ ਗਿਆ ਚਾ ਇਹਨਾਂ ਤੋਂ ਬਰਾਮਦ ਕੀ ਕੀ ਕੀਤਾ ਗਿਆ ਇਹਦੇ ਵਿੱਚ ਯਾਕ ਪੁਲਿਸ ਲਿਖਦੀ ਹੈ ਕਿ ਇਹਨਾਂ ਸਾਰਿਆਂ ਦੇ ਕੋਲ ਕੋਕੇਨ ਹੈਰੋਇਨ ਤੇ OPM ਜਿੰਨੂੰ ਅਸੀਂ ਜਾਣਦੇ ਆ ਜੋ ਅਫੀਮ ਹੁੰਦੀ ਹੈ ਹੈਰਨ ਹੁੰਦੀ ਹੈ ਕੋਕੀਨ ਹੁੰਦੀ ਹੈ ਇਹ ਫੜੀ ਗਈ ਹੈ ਨਾਲ ਇੱਕ ਕੈਟਾਮਾਈਨ ਡਰਗ ਹੁੰਦਾ ਮੈਡੀਕੇਟਡ ਕੋਈ ਚੀਜ਼ ਹੁੰਦੀ ਹੈ ਜਿਹਦਾ ਇਸਤੇਮਾਲ ਡਰਗਸ ਦੇ ਵਿੱਚ ਕੀਤਾ ਜਾਂਦਾ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਜੀ ਇਹ ਤਾਂ ਬਹੁਤ ਵੱਡਾ ਡਰਗ ਰੈਕਡ ਹੈ ਜਿਸ ਤਰ੍ਹਾਂ ਤੁਸੀਂ ਹਥਿਆਰ ਹਰਮਨ ਬੁਖਾਰ ਰਹੇ ਹੋ ਇਹ ਪੰਜਾਬੀਆਂ ਦੀ ਰੈਪਿਊਟੇਸ਼ਨ ਤੇ ਇੱਕ ਵੱਡਾ ਸਵਾਲ ਖੜਾ ਕਰ ਦਤਾ ਹੈ ਲੋਕਾਂ ਨੇ ਤਾਂ ਫਿਰ ਬਿਲਕੁਲ ਆਪਾਂ ਦੇਖਦੇ ਹਾਂ ਕਿ ਜਿਹੜਾ ਕੈਨੇਡਾ ਅਜਿਹਾ ਮੁਲਕ ਹੈ ਜਿਹੜਾ ਹਮੇਸ਼ਾ ਪੰਜਾਬੀਆਂ ਦੇ ਹੱਕ 'ਚ ਖੜਾ ਹੋਇਆ ਉਹਦੀ ਸਰਕਾਰ ਦੇ ਵਿੱਚ ਪੰਜਾਬੀ ਵੱਡੀ ਭੂਮਿਕਾ ਨਿਭਾਉਂਦੇ ਆ ਹੁਣ ਜਦੋਂ ਲੋਕਡਾਊਨ ਦਾ ਦੌਰ ਚੱਲਿਆ ਕਰੋਨਾ ਕਾਲ ਆ ਬਾਕੀ ਦੇਸ਼ਾਂ ਦੇ ਵਿੱਚ ਐਂਟਰੀ ਨਹੀਂ ਮਿਲੀ ਸਟੂਡੈਂਟਸ ਨੂੰ ਸਿਰਫ ਕੈਨੇਡਾ ਅਜਿਹਾ ਮੁਲਕ ਹੈ ਜਿੱਥੇ ਵੀਜ਼ੇ ਤੇ ਐਂਟਰੀ ਦੋਵੇਂ ਖੁੱਲੇ ਆ ਕਿਤਨਾ ਕਿਤੇ ਪੰਜਾਬੀਆਂ ਦੀ ਜੋ ਚੰਗੀ ਰੈਪਿਊਟੇਸ਼ਨ ਹੈ ਉਹਦੇ ਕਰਕੇ ਆ ਪਰ ਜਿਸ ਤਰੀਕੇ ਦੇ ਨਾਲ ਇਹ ਘਟਨਾ ਸਾਹਮਣੇ ਆਈ ਉਹ ਜ਼ਾਹਿਰ ਤੌਰ ਤੇ ਸ਼ਰਮਨਾਕ ਐ ਪੰਜਾਬੀਆ ਦਾ ਨਾਮ ਖਰਾਬ ਕਰਨ ਵਾਲੀ ਉਹ ਵੀ ਉਸ ਮੁਲਕ ਸੇ ਜਿੱਥੇ ਪੰਜਾਬੀਆ ਦੇ ਝੰਡੇ ਹਮੇਸ਼ਾ ਬੁਲੰਦ ਰਹਿੰਦੇ ਨੇ ਸਰਕਾਰ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਉਥੋਂ ਦੀ ਪੁਲਿਸ ਹੋਵੇ ਹਰ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਚ ਪੰਜਾਬੀ ਸ਼ਾਮਲ ਨੇ ਲੋਕ ਵੀ ਇੱਦੀ ਵੱਡੀ ਗਿਣਤੀ ਚ ਰਹਿੰਦੇ ਨੇ ਇਸੇ ਲਈ ਉਹ ਸਰਕਾਰ ਹਮੇਸ਼ਾ ਪੰਜਾਬੀਆ ਨਾਲ ਖੜੀ ਰਹਿੰਦੀ ਹੈ ਹੁਣ ਜਦੋਂ ਕਿਸਾਨ ਅੰਦੋਲਨ ਵੀ ਹੋਇਆ ਤਾਂ ਕੈਨੇਡਾ ਨੇ ਖੁੱਲ ਕੇ ਜੋ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਜਸਟਿਨ ਟ੍ਰੂਡੋ ਉਹਨਾਂ ਨੇ ਖੁੱਲ ਕੇ ਕਿਸਾਨ ਅੰਦੋਲਨ ਦੀ ਹਮਾਇਤ ਵੀ ਕੀਤੀ ਤੇ ਉਸੇ ਮੁਲਕ ਦੇ ਵਿੱਚ ਪੰਜਾਬੀਆ ਦੇ ਉੱਪਰ ਅਜਿਹੇ ਇਲਜ਼ਾਮ ਅਜਿਹੀ ਗ੍ਰਿਫਤਾਰ ਇਹ ਦਾ ਸ਼ਰਮਨਾਕ ਪੂਰੀ ਪੰਜਾਬੀ ਕੌਮ ਦੇ ਵਾਸਤੇ ਹੈ ਬਿਲਕੁਲ ਪੈਸਾ ਜਿਸ ਤਰ੍ਹਾਂ ਜੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਜਿੰਨਾ ਸ਼ਵੀਪਿੰਦਰ ਦੀ ਗੱਲ ਆ ਰਹੀ ਹੈ ਸ਼ਵੀਪਿੰਦਰ ਦਾ ਇੱਕ ਇਤਿਹਾਸ ਸੀਗਾ ਉਹਨਾਂ ਨੇ ਘੱਟ ਸਮੇਂ ਦੇ ਵਿੱਚ ਇੱਕ ਜਿਆਦਾ ਦੌਲਤ ਕਮਾਈ ਔਰ ਜਿਆਦਾ ਦੌਲਤ ਜਿਹੜੀ ਹੈ ਇਸ ਗਲਤ ਤਰੀਕੇ ਦੇ ਨਾਲ ਕਮਾਈ ਹੈ ਜਿਸ ਦੇ ਨਾਲ ਪੰਜਾਬੀਆਂ ਦੀ ਰੈਪਿਊਟੇਸ਼ਨ ਦੇ ਵਿੱਚ ਦਾਗ ਜਰੂਰ ਲੱਗਿਆ ਹੈ ਮੇਰੇ ਨਾਲ ਮੇਰੇ ਸਹਿਯੋਗੀ ਸੁਨੀਲ ਰਾਣਾ ਨੇ ਜੋ ਦੱਸਣਗੇ ਕਿ ਪੂਰਾ ਆਪਰੇਸ਼ਨ ਕਿਵੇਂ ਇਹ 온ਟਾਰੀਓ ਪੁਲਿਸ ਨੇ ਕੰਡਕਟ ਕੀਤਾ ਔਰ ਕਿਵੇਂ ਗ੍ਰਿਫਤਾਰੀਆਂ ਹੋਈਆਂ ਔਰ ਅੱਗੇ ਦੀ ਕਾਰਵਾਈ ਕੀ ਹੋਣ ਜਾ ਰਹੀ ਹੈ ਇਹ ਜਿਹੜਾ ਸਾਰਾ ਆਪਰੇਸ਼ਨ ਸੀਗਾ ਇਹ ਪਿਛਲੇ ਸਾਲ ਤੋਂ ਚੱਲ ਰਿਹਾ ਸੀਗਾ ਬੇਸਿਕਲੀ 2020 ਤੋਂ ਇਹ ਜੁਆਇੰਟ ਆਪਰੇਸ਼ਨ ਸੀਗਾ ਇਹ ਮਾਉਂਟਡ ਜਿਹੜੀ ਆਪਣੀ ਰਾਇਲ ਮਾਉਂਟਡ ਕੈਨੇਡੀਅਨ ਪੁਲਿਸ ਹੈ ਉਹਦਾ ਪੀਲ ਰਿਜਨਲ ਪੁਲਿਸ ਔਰ ਯੂਐਸ ਅ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਇਹ ਤਿੰਨਾਂ ਨੇ ਮਿਲ ਕੇ ਆਪਰੇਸ਼ਨ ਚਲਾਇਆ ਸੀਗਾ ਔਰ ਇਹਦੇ ਵੀ ਬੜੀ ਵੱਡੀ ਇੱਕ ਗੱਲ ਹੋਰ ਵੀ ਹੈਗੀ ਹੈ ਪੰਜਾਬੀਆਂ ਨੇ ਖੈਰ ਵਿਦੇਸ਼ ਵਿਦੇਸ਼ੀ ਧਰਤੀ ਦੇ ਉੱਪਰ ਆਪਣਾ ਨਾਂ ਤਾਂ ਖਰਾਬ ਕੀਤਾ ਹੀ ਹੈ ਲੇਕਿਨ ਇੱਕ ਹੋਰ ਬੜੀ ਮਤਲਬ ਗਲਤ ਸੂਚਨਾ ਆ ਰਹੀ ਹੈ ਕਿ ਇਹਦੇ ਤਾਰ ਜਿਹੜੇ ਇੰਡੀਆ ਦੇ ਨਾਲ ਵੀ ਜੁੜੇ ਹੋਏ ਆ ਇੰਡੀਆ ਦੇ ਨਾਲ ਜਿਹੜੇ ਉੱਥੇ ਦੇ ਇਨਸਪੈਕਟਰ ਰਿਆਨ ਹੋਗਨ ਹੈਗੇ ਜਿਹੜੇ ਆਪਣਾ ਆਰਗੇਨਾਈਜ਼ਡ ਕਰਾਈਮ ਇਨਫੋਰਸਮੈਂਟ ਦੇ ਹੈੱਡ ਹੈਗੇ ਉਹਨਾਂ ਨੇ ਆਪਣੀ ਜਿਹੜੀ ਆਪਣੀ ਵੀਡੀਓ ਇੱਕ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਇਹਦੇ ਤਾਰ ਜਿਹੜੇ ਅਮਰੀਕਾ ਔਰ ਇੰਡੀਆ ਦੇ ਨਾਲ ਜੁੜੇ ਹੋਏ ਤਾਰ ਇਹਦੇ ਔਰ ਇਸੀ ਕਰਕੇ ਜਿਹੜੇ ਸਭ ਤੋਂ ਜ਼ਿਆਦਾ ਦੇ ਵਿੱਚ ਇੰਡੀਅਨ ਹੀ ਪਕੜੇ ਗਏ ਮੈਕਸਿਮਮ ਪੰਜਾਬੀ ਪਕੜੇ ਗਏ 33 ਦੇ ਵਿੱਚੋਂ 31 ਪੰਜਾਬੀ ਪਕੜੇ ਗਏ ਔਰ ਇਹਦੀ ਜਿਹੜੀ ਕਿੰਗ ਪੀਨਾਕ ਗੁਰਵਿੰਦਰ ਸਿੰਘ ਸੂਚ ਜਿਹੜਾ ਉਹਨਾਂ ਨੇ ਦੱਸਿਆ ਉਹ ਹੱਲੇ ਤੱਕ ਫਰਾਰ ਚੱਲ ਰਿਹਾ ਉਦੇ ਵਾਸਤੇ ਨੇ ਬਰੰਟ ਕੀ ਮੁਖੀ ਹੈ ਜੇ ਗ੍ਰਿਫਤਾਰ ਨਹੀਂ ਹੋਇਆ ਕਿੰਗ ਪੀਨ ਹੈਗੀ ਉਹ ਉਹਨਾਂ ਨੇ ਕਹਿੰਦੇ ਕਿ ਕਿੰਗ ਪੀਨ ਹੈ ਉਹ ਹੱਲੇ ਤੱਕ ਫਰਾਰ ਹੈਗਾ ਉਹ ਹੱਲੇ ਤੱਕ ਪੁਲਿਸ ਦੇ ਹੱਥੇ ਨਹੀਂ ਚੜਿਆ ਪੁਲਿਸ ਉਹਦੇ ਵਾਸਤੇ ਛਾਪਾ ਮਾਰੀ ਕਰ ਰਹੀ ਹੈ ਔਰ ਐਡੀ ਛਾਪਾ ਮਾਰੀ ਹੋਈ ਹੈ ਇਹ ਸਿਰਫ ਕਨਾਡਾ ਦੇ ਵਿੱਚ ਹੀ ਨਹੀਂ ਹੋਈ ਇਹ ਜੁਆਇੰਟਲੀ ਕੈਲੀਫੋਰਨੀਆ ਦੇ ਵਿੱਚ ਵੀ ਹੋਈ ਹੈ ਔਰ 50 ਜਗ੍ਹਾ ਤੇ ਉਹਨਾਂ ਨੇ ਛਾਪਾ ਮਾਰੀ ਕੀਤੀ ਇਹਨੂੰ ਮਤਲ ਲੈਣੇ ਵੇ ਕਈ ਪਰਿਵਾਰਾਂ ਨੂੰ ਉਹਨਾਂ ਨੇ ਹਿਰਾਸਤ ਦੇ ਵਿੱਚ ਲਿਆ ਇਹ ਪੂਰੇ ਡਰਗ ਰੈਕਟ ਨੂੰ ਬਸਟ ਕਰਨੇ ਵਾਸਤੇ ਮਲ ਡਰਗ ਰੈਕਟਰ ਦਾ ਭੰਡਾ ਫੋੜਨੇ ਵਾਸਤੇ ਉਹਨਾਂ ਨੇ ਕ ਠੀਕ ਹੈ ਔਰ ਬੜੀ ਚਿੰਤਾ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਮੈਕਸਿਮਮ ਪਕੜੇ ਗਏ ਜਿਹੜੇ ਹੈਗੇ ਉਹ ਸਾਰੇ ਯੰਗਸਟਰ ਹੈਗੇ ਮਤਲਬ 30 ਸਾਲ 32 ਸਾਲ 31 ਸਾਲ ਇਹ ਕੋਈ ਜਾਣਕਾਰੀ ਮਿਲ ਪਈ ਹੈ ਕਿ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ 31 ਲੋਕ ਜਿਹੜੇ ਗ੍ਰਿਫਤਾਰ ਹੋਏ ਨੇ ਪੰਜਾਬੀ ਨੇ ਜਾਂ ਤਿੰਤਿਆਂ ਦੇ ਵਿੱਚੋਂ ਇਹ ਸਟੂਡੈਂਟਸ ਨੇ ਇਹਨਾਂ ਦਾ ਕਿਤੇ ਕਿਉਂ ਨ ਕਿਉਂਕਿ ਸ਼ਵੀਪਿੰਦਰ ਦਾ ਮੈਨੂੰ ਪਤਾ ਲੱਗਿਆ ਹੈ ਸ਼ਵੀਪਿੰਦਰ ਤਾਂ ਸ਼ਾਇਦ ਉੱਥੇ ਦੀ ਮਾਈਗ੍ਰੇਟਿਡ ਇੰਡੀਆ ਤੋਂ ਹੀ ਗਏ ਸੀਗੇ ਪਰ ਕਈ ਸਾਲ ਪਹਿਲਾਂ ਉੱਥੇ ਜਾ ਕੇ ਰਹਿ ਰਹੇ ਸੀਗੇ ਅਰੋੜਾ ਸਾਹਿਬ ਜਿਹੜੇ ਨੇ ਸ਼ਾਇਦ ਇਹਨਾਂ ਦੇ ਬਾਰੇ ਅਜੇ ਪਤਾ ਨਹੀਂ ਲੱਗ ਪਾ ਰਹੇ ਕਿ ਕਿੱਤੇ ਬਾਰੇ ਦੱਸਿਆ ਕਿ ਉੱਥੇ ਦੇ ਜੰਪਲਦੇ ਨੇ ਜਾਂ ਫਿਰ ਇੰਡੀਆ ਤੋਂ ਉੱਥੇ ਗਏ ਨੇ ਸਟੂਡੈਂਟਸ ਨੇ ਉਹ ਇਨਵੋਲਵ ਹੋਏ ਨੇ ਇਸ ਡਰੱਗ ਰੈਕਟ ਦੇ ਵਿੱਚ ਦੇਖੋ ਜਿਹੜੀ ਅਸੀਂ ਹੱਲੇ ਦਾ ਜਿਹੜੀ ਸਾਡੇ ਕੋਲ ਜਾਣਕਾਰੀ ਇਦਾਂ ਦੀ ਫਿਲਹਾਲ ਕੋਈ ਸਾਡੇ ਕੋਲ ਜਾਣਕਾਰੀ ਨਹੀਂ ਹੈ ਕਿ ਇਹ ਸਟੂਡੈਂਟ ਵੀਜ਼ਾ ਦੇ ਉੱਪਰ ਸੀਗੇ ਇਹ ਸਟੂਡੈਂਟ ਸੀਗੇ ਜਾਂ ਇਹ ਉੱਥੇ ਕੋਈ ਕੰਮ ਕਰਦੇ ਸੀਗੇ ਮਤਲਬ ਇਦਾਂ ਦੀ ਕੋਈ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਲੇਕਿਨ ਇਹ ਜ਼ਰੂਰ ਜਾਣਕਾਰੀ ਦਿੱਤੀ ਕਿ ਇਹਨਾਂ ਦੇ ਮੈਕਸਿਮਮ ਪੰਜਾਬੀ ਹੈਗੇ ਇਹ ਦਾ ਮਤਲਬ ਉਹਨਾਂ ਨੇ ਖੁਦ ਆਪਣੇ ਉਹਦੇ ਵਿੱਚ ਹੀ ਬੋਲਿਆ ਹੈ ਕਿ ਮੈਕਸਿਮਮ ਇਹਦੇ ਵਿੱਚ ਪੰਜਾਬੀ ਦਾ ਆਪਣੀ ਜਿਹੜੀ ਉਹਨਾਂ ਦੀ ਅਫੀਸ਼ੀਅਲ ਕੀ ਅ ਅਲਰਟ ਸਕੇਲ ਡਰਗ ਟ੍ਰੈਫਿਕਿੰਗ ਨੈਟਵਰਕ दैट ਐਕਸਟੈਂਡਡ ਟੂ ਵੈਸਟਰਨ ਕੈਨੇਡਾ ਕੈਲੀਫੋਰਨੀਆ ਐਂਡ ਇੰਡੀਆ ਮਤਲਬ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਸੁਨੀਲ ਰਾਣਾ ਜੀ ਪਹਿਲਾਂ ਗੱਲਾਂ ਚਲਦੀਆਂ ਆ ਰਹੀਆਂ ਨੇ ਕਿ ਕੈਨੇਡਾ ਵਾਲੇ ਤਾਂ ਨਹੀਂ ਇੱਥੇ ਸਪਲਾਈ ਕਰਦੇ ਹੋਣਗੇ ਇੱਥੋਂ ਇੰਡੀਆ ਤੋਂ ਸਪਲਾਈ ਹੋ ਰਿਹਾ ਹੋਏਗਾ ਫਿਰ ਉਹਨਾਂ ਦੇ ਤਾਰ ਜਿਹੜੇ ਨੇ ਇੱਥੇ ਇੰਡੀਆ ਦੇ ਵਿੱਚ ਵੀ ਜੁੜ ਰਹੇ ਨੇ ਬਿਲਕੁਲ ਮਤਲਬ ਉਹ ਜਿਸ ਤਰ੍ਹਾਂ ਇਹ ਤਾਂ ਬੜੇ ਮਹਿੰਗੇ ਡਰਗਸ ਦਾ ਕਾਰੋਬਾਰ ਕਰ ਰਹੇ ਸੀਗੀ ਜਿੱਦੇ ਜਿਹੜੀ ਹੈਰੋਇਨ ਕੋਕੀਨ ਸ਼ਾਮਲ ਹੈਗੀ ਹੈ ਬਿਲਕੁਲ ਇਹਦੇ ਵਿੱਚ ਅੱਜ ਜਿਹੜਾ ਪਕੜਿਆ ਗਿਆ ਜਿੰਨਾ ਮਤਲਬ ਇਹ 48 ਮਤਲਬ ਕਿ ਵੈਪਨਸ ਜਿਹਨਾਂ ਦੇ ਕੋਲ ਪਕੜੇ ਗਏ ਆ 48 ਹਥਿਆਰ ਜਿਨ੍ਹਾਂ ਵਿੱਚ ਬੰਦੂਕ ਵੀ ਹੈਗੀ ਪਿਸਟਲ ਵੀ ਹੈਗੀ ਮਤਲਬ ਕਿ ਸਾਰੇ ਮਤਲਬ ਕਿ ਹਾਈਟ ਲੈ ਬਹੁਤ ਤਗੜਾ ਗੈਂਗ ਵੀ ਹੋਇਆ ਉੱਥੇ ਚੰਗਾ ਦਬਦਬਾ ਰੱਖਦਾ ਹੋਵੇਗਾ ਫਿਰ ਇਹ ਬਹੁਤ ਵੱਡਾ ਰੈਕਡ ਹੈ ਛੋਟਾ ਰੈਕਡ ਨਹੀਂ ਹੈ ਇਸ ਤੋਂ ਮੈਂ ਇੱਕ ਵਾਰੀ ਮਚਾਵਾਂਗਾ ਕਿ ਤੁਸੀਂ ਜਿਹੜੇ ਹਥਿਆਰ ਫੜੇ ਗਏ ਨੇ ਉਹਨਾਂ ਦੀ ਤਸਵੀਰ ਵੀ ਦਰਸ਼ਕਾਂ ਤੱਕ ਪਹੁੰਚਾਓ ਤੇ ਇਹਦੇ ਅੱਜ ਜਿਹੜੇ ਨਸ਼ਾ ਪਕੜਿਆ ਗਿਆ ਉਹਨਾਂ ਵਿੱਚੋਂ 10 ਕਿਲੋ ਜਿਹੜੀ ਹੈ ਉਹ 8 ਕਿਲੋ ਜਿਹੜੀ ਹੈ ਉਹ ਕੈਟਾਮਾਈਨ ਹੈ 2.5 ਕਿਲੋ ਅਫੀਮ ਹੈ 3 ਕਿਲੋ ਹੈਰੋਇਨ ਹੈ ਔਰ 10 ਕਿਲੋ ਜਿਹੜੀ ਕੋਕੀਨ ਪਕੜੀ ਗਈ ਆ ਜਿਹਨਾਂ ਦੇ ਕੋਲ ਤੇ ਗੁਰਵਿੰਦਰ ਸਿੰਘ ਸੂਚਤਾ ਹਲੇ ਹਾਥੀ ਨਹੀਂ ਆਇਆ ਮੇਨ ਕਿੰਗ ਪੀਨ ਦੇ ਉੱਪਰ ਇਹਨਾਂ ਦਾ ਹੁਣ ਹੈ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਪਕੜਿਆ ਜਾਵੇ 7,30,000 ਡਾਲਰ ਵੀ ਇਹਨਾਂ ਲੋਕਾਂ ਤੋਂ ਕੈਸ਼ ਮਨੀ ਜਿਹੜੀ ਆ ਉਹ ਕੈਨੇਡੀਅਨ ਪੁਲਿਸ ਨੇ ਕੈਨੇਡੀਅਨ ਕਰੰਸੀ 7,30,000 ਡਾਲਰ ਕੈਨੇਡੀਅਨ ਕਰੰਸੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਬਿਲਕੁਲ ਡਰਗ ਮਨੀ ਜਿਹੜੀ ਇਹਨਾਂ ਦੇ ਕੋਲ ਪਕੜੀ ਗਈ ਹੈ ਫਰਮਣ ਇੱਕ ਵਾਰੀ ਹਥਿਆਰਾਂ ਦੀ ਤਸਵੀਰ ਆਪਾਂ ਦਿਖਾ ਸਕੀਏ ਜਿਹੜੇ ਤੁਸੀਂ ਦਿਖਾ ਰਹੇ ਸੀ ਤਸਵੀਰਾਂ ਜਿਹੜੇ ਹਥਿਆਰ ਤੁਸੀਂ ਦੇਖੋ ਡਰੱਗ ਰੈਕਟ ਤਾਂ ਫੜਿਆ ਗਿਆ ਡਰੱਗ ਰੈਕਟ ਦਾ ਪਰਦਾ ਫਾਸ਼ ਹੋਇਆ ਮੈਂ ਤੁਹਾਨੂੰ ਦੱਸ ਦਵਾਂ ਕਿ 23 ਲੱਖ 23 ਲੱਖ ਡਾਲਰ ਕਹਿ ਰਹੇ ਨੇ ਯਾਨੀ ਕਿ 17 ਕਰੋੜ ਰੁਪਏ ਦੇ ਇਸ ਜਦੋਂ ਰੇਡ ਵੱਜੀਆਂ ਨੇ 40 ਤੋਂ ਵੱਧ ਰੇਡਾਂ ਕੀਤੀਆਂ ਗਿਆ ਸੀਗੀਆਂ ਇਸ ਆਪਰੇਸ਼ਨ ਚੀਤੇ ਦੇ ਦੌਰਾਨ ਤਾਂ 17 ਕਰੋੜ ਰੁਪਏ ਦਾ ਡਰੱਗ ਸੀਜ਼ ਕੀਤਾ ਗਿਆ ਹੈ 7 ਲੱਖ ਡਾਲਰ 7 ਲੱਖ 30 ਹਜ਼ਾਰ ਡਾਲਰ ਕੈਸ਼ ਬਰਾਮਦ ਕੀਤਾ ਗਿਆ ਔਰ ਇਹ ਹਥਿਆਰ ਤੁਸੀਂ ਦੇਖ ਸਕਦੇ ਹੋ ਹਥਿਆਰਾਂ ਦੀ ਤਸਵੀਰ ਹਰਮਨ ਇਹ ਹਥਿਆਰ ਤੁਸੀਂ ਦੇਖ ਸਕਦੇ ਹੋ ਕਿ ਕੋਈ ਛੋਟੇ ਮੋਟੇ ਪਿਸਟਲਸ ਨਹੀਂ ਹੈ ਇਹ ਅਸॉल्ट ਰਾਈਫਲਸ ਵਿੱਚ ਨਜ਼ਰ ਆ ਰਹੀਆਂ ਨੇ ਇਸ ਤਰ੍ਹਾਂ ਦੇ ਜਿਹੜੇ ਹਥਿਆਰ ਜਿਹੜੇ ਨੇ ਖਤਰਨਾਕ ਹਥਿਆਰ ਇਹਨਾਂ ਲੋਕਾਂ ਤੋਂ ਬਰਾਮਦ ਕੀਤੇ ਗਏ ਨੇ ਇਹ ਡਰਗ ਰੈਕੇਟ ਕਿੰਨੇ ਦਾ ਹੋਏਗਾ ਇਹਦਾ ਤਾਂ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਜਿਨ੍ਹਾਂ ਦੇ ਕੋਲੋਂ 40 ਲੋਕ ਚਾਲੀ ਥਾਂ ਤੇ ਜਦੋਂ ਕੈਨੇਡੀਅਨ ਪੁਲਿਸ ਨੂੰ ਰੇਡ ਕਰਨੀ ਪਈ 33 ਲੋਕ ਗ੍ਰਿਫਤਾਰ ਹੁੰਦੇ ਨੇ ਉਹਨਾਂ ਦੇ ਕੋਲੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਹੁੰਦਾ ਹੈ ਕੈਸ਼ ਬਰਾਮਦ ਹੁੰਦਾ ਹੈ ਔਰ ਦੁਨੀਆ ਦੇ ਸਭ ਤੋਂ ਖਤਰਨਾਕ ਡਰਗ ਜਿਹੜੇ ਔਰ ਮਹਿੰਗੇ ਡਰਗ ਮੰਨੇ ਜਾਂਦੇ ਨੇ ਹਿਰੋਇਨ ਕੋਕੀਨ ਓਪੀਐਮ ਔਰ ਕੈਟਾਮਾਈਨ ਵਰਗੇ ਡਰਗ ਬਰਾਮਦ ਕੀਤੇ ਜਾਂਦੇ ਨੇ ਤੇ ਇਹ ਡਰਗ ਰੈਕਟ ਕਿੱਡਾ ਕੋ ਵੱਡਾ ਹੋ ਸਕਦਾ ਹੈ ਇਹ ਤੁਸੀਂ ਅੰਦਾਜ਼ਾ ਹੀ ਲਗਾ ਸਕਦੇ ਹੋ ਇਹ ਸ਼ਾਇਦ ਇੱਕ ਮੈਂਸ਼ਨ ਦੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਕਿਵੇਂ ਗੇਟ ਤੋੜ ਕੇ ਪੁਲਿਸ ਅੰਦਰ ਜਾ ਰਹੀ ਹੈ ਪੁਲਿਸ ਅੰਦਰ ਗਈ ਗ੍ਰਫਤਾਰੀ ਕਰ ਰਹੀ ਹੈ ਸਾਰੀ ਵੀਡੀਓ 온ਟਾਰੀਓ ਪੁਲਿਸ ਦੇ ਰੀਜਨ ਦੇ ਯੋਕ ਪੁਲਿਸ ਯੋਕ ਰੀਜਨ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ ਡਰੱਗਸ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਡਰੱਗਸ ਜਿਹੜੇ ਨੇ ਸੀਜ਼ ਕੀਤੇ ਗਏ ਨੇ ਇਸ ਆਪਰੇਸ਼ਨ ਦੇ ਦੌਰਾਨ ਔਰ ਕਿਵੇਂ ਇੱਕ ਘਰ ਦੇ ਅੰਦਰ ਮੈਂਸ਼ਨ ਦੇ ਅੰਦਰ ਤੋੜ ਕੇ ਗੇਟ ਤੋੜ ਕੇ ਇਸ ਡਰੱਗ ਰੈਕੇਟ ਨਾਲ ਜੁੜੇ ਲੋਕਾਂ ਨੂੰ 온ਟਾਰੀਓ ਪੁਲਿਸ ਨੇ ਗ੍ਰਫਤਾਰ ਕੀਤਾ ਇਹ ਕੋਈ ਛੋਟਾ ਆਪਰੇਸ਼ਨ ਨਹੀਂ ਹੈ ਇਹ ਛੋਟਾ ਆਪਰੇਸ਼ਨ ਕੁਈ 2-3 ਡਰੱਗ ਜਿਹੜੇ ਸਮੱਗਲਰ ਨੇ ਉਹ ਨਹੀਂ ਫੜੇਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਡਰੱਗ ਸਮੱਗਲਰ ਫੜੇ ਗਏ ਨੇ ਉਹਨਾਂ ਕੋਲੋਂ ਵੱਡੀ ਗਿਣਤੀ ਦੇ ਵਿੱਚ ਡਰੱਗਸ ਬਰਾਮਦ ਕੀਤੇ ਗਏ ਨੇ ਔਰ ਦੁਨੀਆ ਦੇ ਮਹਿੰਗੇ ਡਰੱਗਸ ਨੇ ਜਿਹੜੇ ਬਰਾਮਦ ਕੀਤੇ ਗਏ ਨੇ ਔਰ ਸ਼ਰਮਨਾਕ ਗੱਲ ਇਹ ਹੈ ਕਿ ਇਸ ਡਰੱਗ ਰੈਕੇਟ ਦੇ ਵਿੱਚ 31 ਪੰਜਾਬੀ ਗ੍ਰਿਫਤਾਰ ਹੋਏ ਨੇ ਪੰਜਾਬੀਆਂ ਦੀ ਰੈਪਿਊਟੇਸ਼ਨ ਤੇ ਇੱਕ ਦਾਗ ਲਗਾਇਆ ਇਹਨਾਂ ਨੌਜਵਾਨਾਂ ਨੇ ਜਿਹੜੇ ਕੈਨੇਡਾ ਦੀ ਧਰਤੀ ਤੇ ਜਾ ਕੇ ਕੰਮ ਕਰ ਰਹੇ ਸੀਗੇ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਨੌਜਵਾਨਾਂ ਤੱਕ ਡਰਗ ਪਹੁੰਚਾਈ ਨੌਜਵਾਨਾਂ ਨੂੰ ਡਰਗ ਦੀ ਲਤ ਲਗਾਈ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ આરોપી ਹੈ ਜਿਸ ਨੂੰ ਪੁਲਿਸ ਗ੍ਰਫਤਾਰ ਕਰਕੇ ਲੈ ਕੇ ਜਾ ਰਹੀ ਹੈ ਔਰ ਉਸ ਤੋਂ ਬਾਅਦ ਇਹ ਕੈਸ਼ ਇਹ ਪੈਸਾ ਇਹ ਬੇਚੁਮਾਰ ਪੈਸਾ ਜਿਹੜਾ ਇਸ ਡਰਗ ਰੈਕੇਟ ਨਾਲ ਜੁੜਿਆ ਪੁਲਿਸ ਨੇ ਜਬਤ ਕੀਤਾ ਹੈ ਇਹ ਲੋਕਾਂ ਨੂੰ ਨਸ਼ਾ ਵੇਚ ਕੇ ਲੋਕਾਂ ਨੂੰ ਨਸ਼ੇ ਤੇ ਲਾ ਕੇ ਇਹ ਤੁਸੀਂ ਮੈਂ ਜਿਹੜੀ ਸਵੀਪਿੰਦਰ ਦੀ ਗੱਲ ਕਰ ਰਹੇ ਹਾਂ ਲੈਂਬਰਗਿਨੀ ਗੱਡੀ ਹੈ ਤੁਸੀਂ ਦੇਖ ਸਕਦੇ ਹੋ ਕਿ ਆਲੀਸ਼ਾਨ ਘਰ ਦੇ ਨਾਲ-ਨਾਲ ਗੱਡੀਆਂ ਮੋਟਰਸਾਈਕਲ ਮੈਂ ਚਾਹਾਂਗਾ ਹਰਮਨ ਇੱਕ ਵਾਰੀ ਤੁਸੀਂ ਇੱਥੇ ਇਹ ਦੇਖ ਸਕਦੇ ਹੋ ਕਿ ਮਹਿੰਗੇ ਮੋਟਰਸਾਈਕਲ ਹਾਰਲੇ ਡੈਵਿਡਸਨ ਔਰ ਸਪੋਰਟਸ ਸਪਾਈਕਸ ਨਾਲ ਇੱਕ ਹੈ ਮਹਿੰਗੀ ਗੱਡੀ ਸਪੋਰਟਸ ਕਾਰ ਵਿਖਾਈ ਦੇ ਰਹੀ ਹੈ ਜਿਹੜੀ ਜਿਸ ਥਾਂ ਤੇ ਪੁਲਿਸ ਨੇ ਰੇਡ ਕੀਤੀ ਸੀ ਉਸ ਥਾਂ ਤੋਂ ਇਹ ਜਿਹੜੀ ਹੈ ਗੱਡੀ ਬਰਾਮਦ ਕੀਤੀ ਗਈ ਹੈ ਜਾਂ ਗੱਡੀ ਦੀਆਂ ਤਸਵੀਰਾਂ ਪੁਲਿਸ ਨੇ ਜਾਰੀ ਕੀਤੀਆਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਜਿਹੜੀ ਆਲੀਸ਼ਾਨ ਜ਼ਿੰਦਗੀ ਇਹ ਲੋਕ ਜੀ ਰਹੇ ਸੀਗੇ ਪੁਲਿਸ ਨੇ ਆਪਣੀ ਵੀਡੀਓ ਦੇ ਵਿੱਚ ਦਰਸਾਣ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਡਰੱਗਸ ਤੇ ਲੋਕਾਂ ਨੂੰ ਲਗਾ ਕੇ ਲੋਕ ਪੈਸਾ ਕਮਾ ਕੇ ਆਪਣੀ ਜ਼ਿੰਦਗੀ ਦੀ ਕਿਦਾਂ ਤੁਸੀਂ ਦੇਖ ਸਕਦੇ ਹੋ ਕਿ ਐਸ਼ ਵਾਲੀ ਜ਼ਿੰਦਗੀ ਜੀ ਰਹੇ ਸੀਗੇ ਹਥਿਆਰ ਹਥਿਆਰ ਕੋਈ ਰਾਣਾ ਜੀ ਕੋਈ ਛੋਟੇ ਮੋਟੇ ਹਥਿਆਰ ਤੇ ਨਹੀਂ ਹੈ ਨਹੀਂ ਜੀ ਸਾਰੇ ਆਟੋਮੈਟਿਕ ਹਥਿਆਰ ਹੈ ਸਾਰੇ ਸਾਰੇ ਔਰ ਸਾਰੇ ਮਡੇ ਮਾਡਰਨ ਮਤਲਬ ਕਿ ਨਵੇਂ ਲੇਟੈਸਟ ਹਥਿਆਰ ਹੈ ਸਾਰੇ ਸਾਰੇ ਔਰ 48 ਹਥਿਆਰ ਇਹਨਾਂ ਦੇ ਪਕੜੇ ਗਏ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਜਿਨ੍ਹਾਂ ਦੇ ਕੋਲ ਇੰਨੇ ਨੇ ਮਹਿੰਗੇ ਹਥਿਆਰ ਹੈਗੇ ਉਹਨਾਂ ਦਾ ਰੈਕਟ ਕਿਦਾਂ ਦਾ ਹੋਏਗਾ ਇਹ ਬੜਾ ਬਹੁਤ ਵੱਡਾ ਇੰਟਰਨੈਸ਼ਨਲ ਰੈਕਟ ਹੈ ਸਾਰਿਆ ਸਾਰਾ ਜਿਹੜਾ ਚੱਲ ਰਿਹਾ ਉੱਥੇ ਔਰ ਮਤਲਬ ਕਿ ਦੇਖੋ ਜੀ ਜਿਹੜੀ ਜਿਹੜੀ ਚੀਜ਼ ਨੂੰ ਅਸੀਂ ਕਹਿੰਦੇ ਸੀਗੇ ਨਾ ਕਿ ਵੀ ਜਿਹੜਾ ਅਸੀਂ ਕਹਿੰਦੇ ਸੀਗੇ ਕਿ ਵੀ ਜਿਹੜੇ ਯੂਰੋਪੀਅਨ ਕੰਟਰੀਜ਼ ਨੂੰ ਮਤਲਬ ਕਿ ਡਰੱਗਸ ਜਾਂਦੀ ਹੈ ਉਹਦਾ ਰੂਟ ਜਿਹੜਾ ਬਾਇਆ ਇੰਡੀਆ ਅਫਗਾਨਿਸਤਾਨ ਤੋਂ ਹੋ ਕੇ ਬਾਇਆ ਇੰਡੀਆ ਉਹ ਅਰਜ ਜਿਹੜਾ ਕੈਨੇਡਾ ਪੁਲਿਸ ਨੇ ਡਰੱਗ ਰੈਕਟ ਬਸਟ ਕੀਤਾ ਇਹਨੇ ਪ੍ਰੂਵ ਕਰ ਦਿੱਤਾ ਪਰਮਨੈਸ ਸਰਾਂ ਜਿਵੇਂ ਕਹਰੇ ਕਿ ਇੰਡੀਆ ਔਰ ਅਮਰੀਕਾ ਵੀ ਇਨਵੋਲਵ ਹੈ ਤੇ ਕੀ ਹੁਣ ਆਉਣ ਵਾਲੇ ਦਿਨ ਪੁਲਿਸ ਯਾ ਕੈਨੇਡੀਅਨ ਸਰਕਾਰ ਇੰਡੀਆ ਤੋਂ ਸਹਿਯੋਗ ਮੰਗੇਗੀ ਇਸ ਡਰਗ ਰੈਕਟ ਦੀ ਹੋਰ ਡੂੰਘਾਈ ਦੇ ਵਿੱਚ ਜਾਣ ਲਈ ਬਿਲਕੁਲ ਕਿਉਂਕਿ 31 ਪੰਜਾਬੀ ਫੜੇ ਗਏ ਨੇ ਤੇ ਇਹਦੇ ਵਿੱਚ ਇਸ ਡਰੱਗਸ ਆਂਦੀ ਕਿੱਥੋਂ ਸੀ ਸਪਲਾਈ ਕਿੱਥੋਂ ਹੁੰਦੀ ਹੋ ਸਕਦਾ ਇਹਦੇ ਤਾਰਿਕ ਇੰਡੀਆ ਨਾਲ ਜੁੜੇ ਹੋਣ ਹੋ ਸਕਦਾ ਇੰਡੀਆ ਦੇ ਕੁਝ ਹੋਰ ਨਾਮੀ ਲੋਕ ਵੀ ਤੇ ਕੁਝ ਨਾਰਮਲ ਲੋਕ ਵੀ ਇਹਦੇ ਵਿੱਚ ਸ਼ਾਮਲ ਹੋਣ ਕਿਉਂਕਿ ਇਹ ਕੋਈ ਗਲਤੀ ਦੇ ਨਾਲ ਉਹ ਲੋਕ ਨਹੀਂ ਹੈ ਕਿ ਕਿਸੇ ਨੇ ਵਰਗਲਾ ਦਿੱਤਾ ਕਿਸੇ ਤੋਂ ਗੁੰਮਰਾਹ ਹੋ ਕੇ ਆਗੇ ਇਹ ਜੋ ਆਪਾਂ ਕਹਿੰਦੇ ਕਿ ਇੱਕ ਨਸ਼ਾ ਤਸਕਰ ਪ੍ਰੋਪਰ ਨਸ਼ਾ ਤਸਕਰ ਵਜਨ ਦਾ ਕੀਤਾ ਹੀ ਇਹ ਹੈ ਕਾਰੋਬਾਰ ਹੀ ਇਹ ਹੈ ਤਸਕਰੀ ਦਾ ਇਹ ਉਹ ਲੋਕ ਨੇ ਜਿਹੜੇ ਕਈ ਸਾਲਾਂ ਤੋਂ ਇਨਵੋਲਵ ਸੀਗੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਨਾਲ ਹਥਿਆਰ ਬਰਾਮਦ ਹੋਇਆ ਔਰ ਪੂਰੇ ਦੇਸ਼ ਦੇ ਵਿੱਚ ਨਰ ਲਿੰਕ ਸੀ ਕੈਨੇਡਾ ਭਾਰਤ ਦੇ ਵਿੱਚ ਸਪਲਾਈ ਜਾਂਦੀ ਸੀ ਇਹਨਾਂ ਦੇ ਕੋਲੋਂ ਇਹ ਪੇਜਦੇ ਸੀਗੇ ਇਸੇ ਲਈ ਇੱਕ ਸ਼ਾਂਤੀ ਪਸੰਦ ਮੁਲਕ ਦੇ ਵਿੱਚ ਇੰਨੇ ਹਥਿਆਰ ਰੱਖ ਕੇ ਕੋਈ ਬੈਠਾ ਹੋਇਆ ਇਹ ਉਹ ਆਪਣੇ ਆਪ ਦੇ ਵਿੱਚ ਦੇਖੋ ਕਿੰਨੀ دہشت ਭਰੀ ਚੀਜ਼ ਹੋਏਗੀ ਲੋਕਾਂ ਦੇ ਵਿੱਚ ਕਿੰਨੀ دہشت ਹੋਏਗੀ ਕਿ ਨੌਜਵਾਨ ਜ਼ਿਆਦਾਤਰ ਨੌਜਵਾਨ ਇਹਦੇ ਵਿੱਚ ਸ਼ਾਮਲ ਪਰ ਫਿਰ ਜਿਹੜੇ ਨਵੇਂ ਦਰਸ਼ਕ ਜੁੜੇ ਉਹਨਾਂ ਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਦੇ ਘਰ ਦੇ ਵਿੱਚ ਰੇਡ ਕਰਨ ਤੋਂ ਬਾਅਦ ਇਹ ਕਰ ਕਿਸ આરોપી ਦਾ ਇਹਦੀ ਜਾਣਕਾਰੀ ਤਾਂ ਨਹੀਂ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਮੈਂਸ਼ਨ ਹਾਲਾਂਕਿ ਸਭੀ ਜਿਹੜੇ ਪਿੰਦਰ ਨੇ ਉਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਪਿਛਲੇ ਦਿਨੀ ਇੱਕ ਮੈਂਸ਼ਨ ਖਰੀਦਿਆ ਕੈਨੇਡਾ ਦੇ ਵਿੱਚ ਪਰ ਸਾਨੂੰ ਪਹਿਚਾਨ ਨਾ ਉੰਦ ਚਲਦੇ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਜਿਸ ਸ਼ਖਸ ਨੂੰ ਇਸ ਵੀਡੀਓ ਦੇ ਵਿੱਚ 온ਟਾਰੀਓ ਪੁਲਿਸ ਗ੍ਰਫਤਾਰ ਕਰਕੇ ਲੈ ਕੇ ਜਾ ਰਹੀ ਹੈ ਉਹ ਕੌਣ ਨੇ ਪਰ ਇਸ ਮੈਂਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਲੀਸ਼ਾਨ ਜ਼ਿੰਦਗੀ ਡਰਗ ਵੇਚਣ ਤੋਂ ਬਾਅਦ ਇਹ ਲੋਕ ਜੀ ਰਹੇ ਸੀਗੇ ਇਹ ਆਰੋਪੀਆ ਜਿਸ ਨੂੰ ਪੁਲਿਸ ਗ੍ਰਫਤਾਰ ਕਰਕੇ ਲੈ ਕੇ ਜਾ ਰਹੀ ਹੈ ਔਰ ਇਹ ਕੈਸ਼ ਬਰਾਮਦ ਹੋਇਆ ਇਸ ਡਰਗ ਰੈਕਟ ਦੇ ਦੌਰਾਨ ਡਰਗ ਰੈਕਟ ਦੇ ਪਰਦਾਫਾਰਸੀ ਦੇ ਦੌਰਾਨ ਆਪਰੇਸ਼ਨ ਚੀਤਾ ਨਾਮ ਦਿੱਤਾ ਗਿਆ ਸੀ ਕਿਉਂਟਾਰੀਓ ਪੁਲਿਸ ਦੇ ਆ ਤੁਸੀਂ ਦੇਖ ਸਕਦੇ ਹੋ ਕਿ ਆਲੀ ਸ਼ਾਨ ਜ਼ਿੰਦਗੀ ਲੋਕਾਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਨਾਲ ਖੇਲਵਾੜ ਕਰਨ ਤੋਂ ਬਾਅਦ ਇਹ ਲੋਕ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਸੀਗੇ ਇਸ ਤਰ੍ਹਾਂ ਦੀ ਅਯਾਸ਼ੀ ਮਾਰ ਰਹੇ ਸੀਗੇ ਔਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚ 31 ਪੰਜਾਬੀ ਸ਼ਾਮਿਲ ਨੇ ਜਿਸ ਨਾਲ ਪੰਜਾਬੀਆਂ ਦੀ ਰੈਪਿਊਟੇਸ਼ਨ ਤੇ ਇੱਕ ਅਜ ਦਾਗ ਇਹਨਾਂ ਦੀ ਲੋਕ ਇਹਨਾਂ ਲੋਕਾਂ ਦੀ ਵਜੇ ਨਾਲ ਜ਼ਰੂਰ ਲੱਗਿਆ ਦੇਖੋ ਪਿੱਛੇ ਵੀ ਜਦੋਂ ਇੰਡੀਆ 'ਚ ਵੀ ਡਰਗ ਰੈਕਟ ਪੋਲੇ ਵਾਲਾ ਕਾਂਡ ਹੋਇਆ ਸੀਗਾ ਉਦੋਂ ਵੀ ਯੂਰੋਪ ਲੱਗੇ ਸੀਗੇ ਕਿ ਡਰਗਸ ਜਿਹੜੀ ਆ ਫੋਰਨ ਦੰਦੀ ਉੱਥੋਂ ਵੀ ਮਤਲਬ ਕਿ ਜਿਹੜਾ ਜਾਂ ਇੱਥੋਂ ਜਾਂਦੀ ਸੀਗੀ ਕੈਨੇਡਾ ਪੈਸੇ ਜਿਹੜੇ ਆਂਦੇ ਸੀਗੇ ਉੱਥੋਂ ਆ ਕੈਨੇਡਾ ਦੇ ਨਾਲ ਹੀ ਤਾਰ ਜੁੜੇ ਸੀਗਾ ਕੈਨੇਡਾ ਨਾਲ ਹੀ ਤਾਰ ਜੁੜੇ ਸੀਗੇ ਮਤਲਬ ਕਿ ਹੁਣ ਤੁਸੀਂ ਇਹ 100% ਮੰਨ ਕੇ ਚੱਲੋ ਕਿ ਹੁਣ ਜਾਂ ਹੋ ਸਕਦਾ ਹੈ ਕਿ ਕਾਰਵਾਈ ਸ਼ੁਰੂ ਵੀ ਹੋ ਗਈ ਹੋਵੇ ਹੋ ਸਕਦਾ ਹੈ ਇੰਡੀਆ ਦੇ ਨਾਲ ਵੀ ਕਿਤੇ ਜੁਆਇੰਟ ਆਪਰੇਸ਼ਨ ਹੋਵੇ ਹਾਲਾਂਕਿ ਜਿਹੜੀ ਕੈਨੇਡਾ ਪੁਲਿਸ ਆ ਉਹਨਾਂ ਨੇ ਤਾਂ ਇਹ ਕਿਹਾ ਕਿ ਇਹ ਸਾਡਾ ਔਰ ਅਮਰੀਕਾ ਦਾ ਜੁਆਇੰਟ ਆਪਰੇਸ਼ਨ ਸੀਗਾ ਯੂਐਸ ਇਨਫੋਰਸਮੈਂਟ ਦਾ ਨਾਲੇ ਸਾਡਾ ਮਤਲਬ ਜੁਆਇੰਟ ਆਪਰੇਸ਼ਨ ਸੀਗਾ ਜੀ ਜੁਆਇੰਟ ਆਪਰੇਸ਼ਨ ਦੇ ਵਿੱਚ ਕੈਲੀਫੋਰਨੀਆ ਔਰ ਕਨਾਡਾ ਦੇ ਵਿੱਚ ਰੇਡ ਕਰਕੇ ਇਹ ਸਾਰੇ ਬੰਦੇ ਪਕੜੇ ਆ ਠੀਕ ਹੈ ਮੈਕਸਿਮਮ ਤਾਂ ਕਨਾਡਾ ਜੀ ਪਕੜੇ ਆ ਯੂਐਸ ਉਹ ਕੈਲੀਫੋਰਨੀਆ ਦਾ ਕੋਈ ਪਕੜਿਆ ਨਹੀਂ ਗਿਆ ਫਿਲਹਾਲ ਠੀਕ ਹੈ ਇੱਕ ਬੰਦਾ ਜਿਹੜਾ ਇਹਨਾਂ ਦੇ ਫਰਾਰ ਚੱਰਿਆ ਤਾਂ ਮੈਨੂੰ ਲੱਗਦਾ ਕਿ ਇੰਡੀਆ ਦੇ ਤਾਰ ਜੁੜ ਰਹੇ ਆ ਉਹਨਾਂ ਨੇ ਇੰਨੀ ਗੱਲ ਵੀ ਬੜੀ ਸਾਫ਼ ਗਈ ਹੈ ਕਿ ਇਹਦਾ ਤਾਰ ਜਿਹੜੇ ਇੰਡੀਆ ਦੇ ਨਾਲ ਵੀ ਜੁੜ ਰਹੇ ਆ ਇੰਡੀਆ ਦੇ ਨਾਲ ਜੇ ਤਾਰ ਜੁੜਿਆ ਤਾਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਇੱਥੇ ਵੀ ਕੁਝ ਨਾ ਕੁਝ ਸੁਣਨ ਨੂੰ ਮਿਲੇਗਾ ਕਿ ਇੱਥੇ ਵੀ ਕੋਈ ਨਾ ਕੋਈ ਇਦਾਂ ਦਾ ਰੈਕਡ ਜਿਹੜਾ ਜਿਹਦੇ ਕੈਨੇਡਾ ਦੇ ਨਾਲ ਸਪਲਾਈ ਚੱਲ ਰਹੀ ਸੀਗੀ ਉਹ ਬਸਟ ਕੀਤਾ ਗਿਆ ਹੈ ਬਿਲਕੁਲ ਇਸ ਵੇਲੇ ਦੀ ਵੱਡੀ ਖਬਰ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜ ਰਹੇ ਉਹਨਾਂ ਨੂੰ ਮੈਂ ਦੱਸ ਦਵਾਂ ਕੈਨੇਡਾ ਦੇ ਵਿੱਚ ਇੱਕ ਵੱਡਾ ਡਰਗ ਰੈਕਡ ਦਾ ਪਰਦਾ ਫਾਸ਼ ਕੀਤਾ ਗਿਆ ਆਪਰੇਸ਼ਨ ਚੀਤਾ ਕੈਨੇਡਾ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਸੀਗਾ ਕੈਨੇਡਾ ਦੀ অন্ਟਾਰੀਓ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਸੀਗਾ ਜਿਸ ਵਿੱਚ 40 ਤੋਂ ਵੱਧ ਥਾਵਾਂ ਤੇ ਰੇਡ ਕੀਤੀ ਗਈ ਔਰ ਇਸ ਰੇਡ ਦੇ ਦੌਰਾਨ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 31 ਪੰਜਾਬੀ ਨੇ ਇਹਨਾਂ ਦੇ ਵਿੱਚੋਂ ਕੁਝ ਲੋਕ ਪੰਜਾਬੀ 뮤직 ਇੰਡਸਟਰੀ ਨਾਲ ਜੁੜੇ ਹੋਏ ਨੇ ਸ਼ਵੀਪਿੰਦਰ ਨਾਮ ਦੇ ਪੰਜਾਬੀ 뮤직 ਗਾਣਿਆਂ ਦੇ ਪ੍ਰੋਡਿਊਸਰ ਨੇ ਅਰੂੜਾ ਸਾਹਿਬ ਦੇ ਨਾਮ ਤੋਂ ਇੱਕ ਪੰਜਾਬੀ ਗਾਇਕ ਵੀ ਗ੍ਰਿਫਤਾਰ ਕੀਤੇ ਗਏ ਨੇ ਵੰਚ ਅਰੂੜਾ ਉਹਨਾਂ ਦਾ ਨਾਮ ਹੈ ਇਹਨਾਂ ਲੋਕਾਂ ਦੇ ਕੋਲੋਂ ਰੇਡ ਦੇ ਦੌਰਾਨ ਪੁਲਿਸ ਨੇ ਦੁਨੀਆ ਦੇ ਮਹਿੰਗੇ ਡਰੱਗਸ ਜਿਨ੍ਹਾਂ ਦੀ ਕੀਮਤ 17 ਕਰੋੜ ਰੁਪਏ ਮੰਨੀ ਜਾਂਦੀ ਹੈ ਉਹ ਜਬਤ ਕੀਤਾ ਹੈ 7 ਲੱਖ 30 ਹਜ਼ਾਰ ਡਾਲਰ ਜਬਤ ਕੀਤੇ ਨੇ 40 ਤੋਂ ਵੱਧ ਅਸॉल्ट ਰਾਈਫਲਸ ਵਰਗੇ ਖਤਰਨਾਕ ਹਥਿਆਰ ਜਬਤ ਕੀਤੇ ਨੇ ਔਰ ਇੱਕ ਵੱਡੇ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਔਰ ਇਹਦੇ ਵਿੱਚ ਕੈਨੇਡੀਅਨ ਪੁਲਿਸ ਅਨਟਾਰੀਓ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਡਰੱਗ ਰੈਕਟ ਦੇ ਤਾਰ ਜਿਹੜੇ ਨੇ ਉਹ ਭਾਰਤ ਨਾਲ ਵੀ ਜੁੜੇ ਹੋਏ ਨੇ ਉਹ ਸਭਾਵਕ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਵਿੱਚ ਵੀ ਦਬਾਅ ਬਣ ਸਕਦਾ ਇਸ ਡਰੱਗ ਰੈਕਟ ਦੇ ਨਾਲ ਜੁੜੀ ਇਨਵੈਸਟੀਗੇਸ਼ਨ ਕਰਨ ਲਈ ਦੇਖਦੇ ਰਹੋ ਦੈਨਿਕ